एक होर बहुत बड़ा फैसला होया पंजाब दे विच माल पटवारी जिहड़े ने उन्हां दी ट्रेनिंग दे विच बहुत टाइम लग जांदा सी उन्हां नूं 1.5 साल हुंदा सी पहले पहला 1.5 साल हुंदा सीगा ते 1.5 साल जिहड़ा उह उन्हां दे प्रोवेशन पीरियड दे विच गिणिया भी नहीं जांदा सी ਉਹ ਸਿਰਫ ਟ੍ਰੇਨਿੰਗ ਦੇ ਤੌਰ ਤੇ ਮੰਨ ਲਿਆ ਜਾਂਦਾ ਸੀ ਜਿਸ ਦਿਨ ਉਹ 1.5 ਸਾਲ ਤੋਂ ਬਾਅਦ ਟ੍ਰੇਨਿੰਗ ਕਰਕੇ ਆਉਂਦੇ ਸੀ ਉਸ ਦਿਨ ਉਹਨਾਂ ਦਾ ਪਹਿਲਾ ਦਿਨ ਗਿਣਿਆ ਜਾਂਦਾ ਸੀ ਸੋ ਅਸੀਂ ਇਹ ਫੈਸਲੇ ਜਿਹੜੇ ਨੇ ਇਹ ਬਦਲ ਕੇ ਅਸੀਂ ਉਹਨਾਂ ਦੀ ਟ੍ਰੇਨਿੰਗ ਦਾ ਸਮਾਂ 1 ਸਾਲ ਕਰਤਾ ਪਰ ਉਹ 1 ਸਾਲ ਵੀ ਉਹਨਾਂ ਦੇ ਪ੍ਰੋਵੇਸ਼ਨ ਪੀਰੀਅਡ 'ਚ ਗਿਣਿਆ ਜਾਊਗਾ ਜਿਸ ਦਿਨ ਉਹ ਟ੍ਰੇਨਿੰਗ 'ਤੇ ਜਾਣਗੇ ਮਤਲਬ ਉਹ ਨੌਕਰੀ 'ਤੇ ਜਾਣਗੇ ਮਤਲਬ ਉਹਨਾਂ ਦੀ ਸੇਵਾ ਦੇ ਸਰਵਿਸ ਦੇ ਵਿੱਚ ਮੰਨਿਆ ਜਾਊਗਾ ਉਹ ਦਿਨ ਮਾਲ ਪਟਵਾਰੀ ਜੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਭਰਤੀ ਹੋਣਗੇ ਉਹਨਾਂ ਨੂੰ ਇਹ ਰਿਲੈਕਸੇਸ਼ਨ ਦਿੱਤੀ ਗਈ ਹੈ ਕਿ ਉਹ 1 ਸਾਲ ਦੀ ਟ੍ਰੇਨਿੰਗ ਸਿਰਫ ਅਤੇ ਉਹ ਟ੍ਰੇਨਿੰਗ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਰੈਵਨਿਊ ਡਿਪਾਰਟਮੈਂਟ ਦਾ ਜਿਹੜਾ ਰਿਕਾਰਡ ਹੈ ਉਹ ਬਹੁਤ ਲਿਖਤੀ ਪੜ੍ਹਤੀ ਹੈ ਇੱਕ ਛੋਟਾ ਜਿਹਾ ਵੀ ਮਤਲਬ ਕੰਨੇ ਬਿੰਦੀ ਟਿੱਪੀ ਦੀ ਮਿਸਟੇਕ ਵੀ ਕਈ ਵਾਰੀ ਬਹੁਤ ਵੱਡੇ ਵੱਡੇ ਫਰਦਾਂ ਦੇ ਵਿੱਚ ਫਰਕ ਪਾ ਦਿੰਦੀ ਹੈ ਸੋ ਇਸ ਕਰਕੇ ਉਹ ਟ੍ਰੇਨਿੰਗ ਜ਼ਰੂਰੀ ਹੈ ਉਹ ਟ੍ਰੇਨਿੰਗ ਦਾ ਮਤਲਬ ਇਹ ਹੈ ਕਿ ਉਹ ਇਸ ਵੇਲੇ ਜਿਸ ਵੇਲੇ ਟ੍ਰੇਨਿੰਗ ਲੈ ਰਹੇ ਨੇ ਉਸ ਵੇਲੇ ਆਪਣੀ ਜੌਬ ਕਰ ਰਹੇ ਨੇ ਕੰਮ ਕਰ ਰਹੇ ਨੇ